ਆਪਾਂ ਨਵੀਂ ਪਾਰਟੀ ਬਣਾਤੀ ਆ 1920 ਦੇ ਜਿਹੜੇ ਸੰਵਿਧਾਨ ਆ ਉਹਦੇ ਤਹਿਤ ਅਸੀਂ ਕੰਮ ਕਰਾਂਗੇ ਸਾਰੇ। ਪਾਰਟੀ ਦਾ ਨਾਮ ਕੀ ਰੱਖਿਆ ਜੀ ਤੁਸੀਂ? ਸ਼੍ਰੋਮਣੀ ਅਕਾਲੀ ਦਲ ਟਕਸਾਲੀ। ਕੀ ਲੱਗਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਤੁਸੀਂ ਮਾਤ ਦੇ ਪਾਓਗੇ ਜੀ ਨਵੀਂ ਪਾਰਟੀ ਬਣਾ ਕੇ? ਬਾਦਲ ਅਕਾਲੀ ਦਲ ਤੁਹਾਨੂੰ ਖਤਮ ਹੋ ਗਿਆ ਅਤੇ ਜਿਹੜੇ ਆਉਣ ਵਾਲੇ ਸਮੇਂ ਵਿੱਚ ਤੁਸੀਂ ਲੋਕ ਸਭਾ ਦੇ ਇਲੈਕਸ਼ਨ ਆਪਣੀ ਪਾਰਟੀ ਵੱਲੋਂ ਲੜਾਓਗੇ ਜੀ ਆਪਣੇ ਕੈਂਡੀਡੇਟ ਬਣਾ ਕੇ? ਕਿਹੜੀ ਚੋਣ? ਜਿਹੜੀ ਲੋਕ ਸਭਾ ਦੀ ਇਲੈਕਸ਼ਨ ਆ, ਲੋਕ ਸਭਾ ਅਜੇ ਸਮਾਂ ਵਾ, ਅਜੇ ਵਿਚਾਰ ਕਰਾਂਗੇ, ਅੱਜ ਤਾਂ ਅਸੀਂ ਪਾਰਟੀ ਬਣਾਈ ਹੈ। ਏਜੰਡਾ ਕੀ ਰਹੇਗਾ, ਮੁੱਦੇ ਕੀ ਰਹਿਣਗੇ ਜੀ ਤੁਹਾਡੇ, ਵੀ ਕੀ ਸੋਚ ਲੈ ਕੇ ਪਾਰਟੀ ਨੂੰ ਲੈ ਕੇ ਚੱਲੇ ਹੋ? 1920 ਦਾ ਜਿਹੜਾ ਵਿਧਾਨ ਹੈ ਉਹਦੇ ਮੁੱਦਿਆਂ ਦੇ ਉੱਤੇ ਸਾਰਾ ਕੁਛ ਹੈ। ਤਜਰਬਾ ਨਵੀਂ ਪਾਰਟੀ ਕੀ ਲੱਗਦਾ ਆਉਣ ਵਾਲੇ ਸਮੇਂ 'ਚ ਬਾਦਲ ਜਿਹੜਾ ਬਾਦਲ ਪਾਰਟੀ ਉਹਨੂੰ ਮਾਤ ਦੇ ਪਾਓਗੇ? ਮਾਤ ਅਸੀਂ ਨਹੀਂ, ਮਾਤ ਉਹ ਸੱਚੇ ਪਾਤਸ਼ਾਹ ਨੇ, ਉਹ ਸਰਕਾਰ ਪੁਰਖ ਨੇ, ਪੰਜਾਬ ਦੀ ਸੰਗਤ ਨੇ ਇਹ ਮਾਰ ਦੇਣੀ ਆ। ਇਹ ਇਕੱਲੇ ਬੰਦੇ ਦੇ ਵੱਸ ਦਾ ਰੋਗ ਨਹੀਂ ਆ, ਇਹ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ 1920 ਦਾ ਜਿਹੜਾ ਸਿਧਾਂਤ ਸਾਡੇ ਵੱਢ ਵਧੇਰਿਆਂ ਨੇ ਪੁਰਖਿਆਂ ਨੇ ਜਿਹੜਾ ਬਣਾਇਆ ਸੀ ਉਹੀ ਸਿਧਾਂਤ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਮੀਰੀ ਪੀਰੇ ਦੇ ਜਿਹੜੇ ਇਹਨਾਂ ਨੇ ਅਕਾਲ ਤਖਤ ਸਾਹਿਬ ਸਿਰਜਿਆ ਸੀ ਉਹਨਾਂ ਦੇ ਸਿਧਾਂਤਾਂ ਦੇ ਜਿਹੜਾ ਸਾਡੇ ਵੱਢ ਪੁਰਖਿਆਂ ਨੇ ਬਣਾਇਆ ਉਹਦੇ ਸਿਧਾਂਤਾਂ ਦੇ ਤੁਰ ਕੇ ਅਸੀਂ ਝੂਠ ਨੂੰ ਝੂਠ, ਸੱਚ ਨੂੰ ਸੱਚ, ਨੇਕੀ ਤੇ ਬਦੀ ਲੜਾਈ 'ਚ ਤਗੜੇ ਹੋ ਕੇ ਲੜਾਂਗੇ। ਇਹਨਾਂ ਨੇ ਜੀ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਆ, ਇਹਦਾ ਜਿਹੜੇ ਨੌਜਵਾਨ ਸ਼ਹੀਦ ਕਰਾਏ ਆ, ਜਿਹੜੀ ਅਕਾਲ ਤਖਤ ਸਾਹਿਬ ਦੀ ਮਾਨ ਤੇ ਮਰਿਆਦਾ ਸੀ ਉਹਦੇ ਸੱਚੇ ਸੌਦੇ ਸਾਧਨਾਂ ਨੇ ਸੌਦੇ ਕੀਤੇ ਆ। 92 ਲੱਖ ਰੁਪਏ ਦੇ ਇਸ਼ਤਿਹਾਰ ਸ਼੍ਰੋਮਣੀ ਗੁਰਦੁਆਰਾ ਜਿਹੜਾ ਲੋਕਾਂ ਦੇ ਸੰਗਤ ਦੇ ਪੈਸੇ, ਗੁਰੂ ਨਾਨਕ ਨਾਂ ਲੇਵਾ ਸੰਗਤ ਦੇ ਪੈਸੇ ਆ, ਸੰਗਤ ਦੇ ਜਿਹੜੇ ਲੋਕਾਂ ਦੀ ਭਲਾਈ ਲਈ ਵਰਤੇ ਜਾਣੇ ਸੀ, ਇਹਨਾਂ ਨੇ ਆਪਣੇ ਸੌਦੇਬਾਜ਼ੀ ਲਈ ਉਹਦੇ ਨਾਲ ਸੌਦੇਬਾਜ਼ੀ ਕਰਕੇ ਗੁਰੂ ਦੀ ਮਿਆਦਾਂ ਟੰਗੀ ਟੰਗੀ ਨਾਲ ਸੌਦੇ ਕੀਤੇ ਨੇ ਗੁਰਦੁਆਰੇ ਤੇ। ਅੱਜ ਵੇਖ ਲਓ ਇਨਫੋਰਮੇਸ਼ਨ ਦਫ਼ਤਰ ਜਿੱਥੇ ਉਹ ਜੀਜਾ ਸਾਲਾ ਦੇ ਪ੍ਰਾਈਵੇਟ ਕੰਪਨੀ ਆਣ ਕੇ ਬਹਿੰਦੀ ਸੀ, ਇੱਥੇ ਆਣ ਕੇ ਪ੍ਰੈਸ ਕਾਨਫਰੰਸ ਕਰਦੀ ਆ। ਆ ਸਾਡੇ ਸੀਨੀਅਰ ਆਏ ਸੀ, ਨਾਲ ਸਾਡੇ IGPC ਮੈਂਬਰ ਵੀ ਹੈਗੇ ਨੇ, ਮੌਜੂਦਾ ਵੀ, ਸਾਬਕਾ ਵੀ, ਹੋਰ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਾਹਿਬਾਨ ਵੀ ਹੈਗੇ ਆ। ਤੇ ਵੇਖ ਲਓ ਕਬਜ਼ਾ ਉਹਨਾਂ ਨੇ ਤਾਲਾ ਮਾਰ ਲਿਆ, ਕਬਜ਼ਾ ਇਹ ਸ਼ੋਅ ਕੀਤਾ ਕਿ ਸਾਡਾ ਕਬਜ਼ਾ ਗੁਰੂ ਘਰ ਦਾ ਕਬਜ਼ਾ ਸਿੱਖ ਸੰਗਤ ਦਾ ਹੁੰਦਾ, ਇੰਨਾ ਬਾਦਲ ਕੇ ਪ੍ਰਾਈਵੇਟ ਕੰਪਨੀ ਦਾ ਨਹੀਂ ਹੁੰਦਾ। ਜਿਹੜਾ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨਾਂ ਰੱਖਿਆ ਗਿਆ, ਟਕਸਾਲੀ ਦਾ ਮਤਲਬ ਪੁਰਾਣਾ ਘੜਿਆ ਵੱਢ ਵਢੇਰੇ ਜਿਹੜੇ ਸਾਡੇ ਜਿਨ੍ਹਾਂ ਨੇ ਪਾਰਟੀ ਬਣਾਈ ਸੀ ਉਹਨਾਂ ਦੇ ਨਾਂ ਤੇ ਹੀ ਸਭ ਕੁਝ ਚੱਲ ਰਿਹਾ। ਮਾਤ ਇਹਦੇ ਸੱਚੇ ਪਾਤਸ਼ਾਹ ਨੇ ਕਿਰਪਾ ਕਰਨੀ, ਉਹਨੇ ਮਨਾਂ 'ਚ ਵਸਣਾ ਪੰਜਾਬੀਆਂ ਦੇ, ਉਹਨਾਂ ਨੇ ਫੈਸਲਾ ਕਰਨਾ ਇਤਿਹਾਸ ਗਵਾਹ ਹਿੰਦੁਸਤਾਨ ਦਾ। ਆਹ ਲਾਗੇ ਹੀ ਸੂਬਾ ਹੈ ਹਰਿਆਣਾ, ਚਟਾਲੇ ਪਿਓ ਪੁੱਤਾਂ ਨੇ ਹਰਿਆਣੇ 'ਚ ਲੁੱਟਾਂ ਕੀਤੀਆਂ ਸੀ, ਲੁੱਟ ਖੋਹ ਕੀਤੀ ਤੇ ਤਿਹਾੜ ਜੇਲ੍ਹ 'ਚ ਬੈਠੇ ਆ। ਲਾਗੇ ਪਰਾਂ ਸੂਬਾ ਬਿਹਾਰ, ਲਾਲੂ ਪ੍ਰਸ਼ਾਦ ਨੇ ਲੁੱਟਾਂ ਖੋਹਾਂ ਕੀਤੀਆਂ ਬਿਹਾਰ ਸੂਬੇ ਦੀਆਂ ਤੇ ਉਹ ਵੀ ਜੇਲ੍ਹ 'ਚ ਬੈਠਾ। ਦੱਖਣ 'ਚ ਕਈ ਸਾਡੇ ਮੰਤਰੀਆਂ ਦੇ ਜਵਾਈ ਮੁੰਡੇ ਅੰਦਰ ਬੈਠੇ ਆ ਤਿਹਾੜ ਜੇਲ੍ਹ ਦੇ ਵਿੱਚ, ਜਮਾਨਤਾਂ ਦੇ ਬਾਹਰ ਆਏ ਆ। ਇਹਨਾਂ ਬਾਦਲਾਂ ਦੀ ਕੰਪਨੀ ਨੇ ਸਿਰਫ ਪੰਜਾਬ ਲੁੱਟਿਆ ਨਹੀਂ ਆ, ਇਹਨਾਂ ਨੇ ਧਰਮ ਵੀ ਵੇਚ ਕੱਢਿਆ, ਧਰਮ ਦਾ ਵੀ ਨਿਰਾਦਰ ਕੀਤਾ ਆ। ਮੈਂ ਤੇ ਪੰਜਾਬੀਆਂ ਅੱਗੇ, ਸਿੱਖ ਪੰਥ ਅੱਗੇ, ਹਿੰਦੂ ਮੁਸਲਿਮ ਸਿੱਖ ਈਸਾਈ ਹਰ ਭੈਣ ਭਰਾ ਅੱਗੇ ਅਰਦਾਸ ਤੇ ਬੇਨਤੀ ਕਰਾਂਗਾ, ਆਓ ਇਕਮੁੱਠ ਹੋਈਏ, ਬਾਦਲ ਭਜਾਈਏ, ਪੰਜਾਬ ਬਾਦਲ ਨੂੰ ਭਜਾਈ, ਬਾਦਲਾਂ ਨੂੰ ਭਜਾਈਏ, ਪੰਜਾਬ ਬਚਾਈਏ ਤੇ ਜਿਹੜਾ